ਮੈਂ ਜਸਵੰਤ ਟੋਨੀ ਅਤੇ ਮੈਂ ਬਾਜੀਗਰ ਕਬੀਲਾ ਨੇ ਬਿਲੋਂਗ ਕਰੂੰ ਇਸ ਨੂੰ ਅਤੇ ਮੈਂ ਪੰਜਾਬੀ ਯੂਨੀਵਰਸਿਟੀ ਮੀ PhD ਕਰੇ ਰਿਹਾ ਹੂੰ ਅਤੇ ਮਾਰੇ ਜਿਹੜੇ ਬਾਜੀਗਰ ਲੋਕ ਹੀ ਇਹ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲੀ ਮੀ ਵੀ ਥੋੜ੍ਹਾ ਬਹੁਤੇ ਪਾਏ ਜਾਵੇ ਜੀ ਮੈਂ ਵੀ ਜਿਹੜੇ ਇੱਥਾ ਮੈਂ ਜਿਹੜੇ ਕਮਿਊਨਿਟੀ ਨੂੰ ਬਿਲੋਂਗ ਕਰੂੰ ਜਿਹਨੂੰ ਕਬੀਲੇ ਨੂੰ ਬਿਲੋਂਗ ਕਰੂੰ ਇਹ ਮੋਸਟਲੀ ਪਾਕਿਸਤਾਨੀ ਵਾਲੇ ਆਏ ਹੋਏ ਜੀ ਸਭ ਤੋਂ ਪਹਿਲਾਂ ਜਿਹੜੇ ਮਾਰੇ ਲੋਕ ਤਾਂ ਰਾਜਸਥਾਨੀ ਵੀ ਰਹਿਤੇ ਅਤੇ ਜਿਵੇਂ ਜਿਹਦਾ ਕਿ ਪਤੋ ਹੀ ਆ ਸਾਰਿਆਂ ਨੇ ਵੀ ਜੈਮਲ ਫਤਾਹ ਵਾਲ ਕਹਾਵਤ ਗੱਲੇ ਜੁੜੀ ਹੋਈ ਆ ਵੀ ਜਿਹਨੂੰ ਜੈਮਲ ਫਤਾਹ ਤੋਂ ਅਕਬਰ ਨੇ ਆਪਣੀ ਧੀ ਦੇ ਇੱਥੇ ਬੰਦ ਕਰ ਦਿੱਤੀ ਤੀ ਵੀ ਨਾ ਕਰ ਦੇਣ ਤੋਂ ਰਿਸ਼ਤਾ 'ਤੇ ਇਹਦੇ ਕਰਕੇ ਉਹਨੂੰ ਪਰ ਅਟੈਕ ਕਰ ਦੇਣ ਵੀ ਇਹਨਾਂ ਨੂੰ ਮਾਰਿਓ ਜਾਵਾ ਖਤਨੋ ਰਨਾਂਸੁਰ ਗੁਲਸੀ ਕਰ ਦੇਣੀ ਜਾਵਾ ਇਹਦੇ ਕਰਕੇ ਦੌੜ ਕੇ ਕੋਈ ਪਾਕਿਸਤਾਨ ਚਲੇ ਗਿਆ ਕੋਈ ਪੰਜਾਬੀ ਵੀ ਪਹਿਲਾਂ ਹੀ ਵਾਸਤੇ ਤੁਹਾਨੂੰ ਗਲਿਆ ਕੇ ਵਸਣ ਲੱਗ ਗਿਆ ਤੀਜੇ ਜਿਹਨੇ ਹੋਰ ਕੇ ਸਟੇਟੋਂ ਵੀ ਚਲੇ ਗਿਆ ਅਤੇ ਮੈਂ ਮਾਰੂ ਗਾਂ ਮੈਨੂੰ ਅਰਨੇਟੂ ਆ ਅਤੇ ਮੈਂ ਕਿਸ ਤਰ੍ਹਾਂ ਉੱਥੋਂ ਨਿਕਲ ਕੇ ਆਇਓ ਅਤੇ ਇੱਥੇ ਪੜ੍ਹ ਪਹਿਲਾਂ ਮੈਂ 10ਵੀਂ ਕੀਤੀ ਫਿਰ ਮੈਂ +2 ਕੀਤੀ ਫਿਰ ਮੈਂ BA ਕਰਕੇ ਅਬੇ ਮੈਂ PhD MA ਯੂਨੀਵਰਸਿਟੀ ਮਤਲਬ ਪਾਸ ਆਊਟ ਹੂੰ ਵਧੀਆ ਨੰਬਰ ਉਹ ਪਾਸ ਕੀਤੀ ਅਬੇ ਮੈਂ ਆਪਣਾ PhD ਕਰੇ ਹੂੰ ਡਾਕਟਰ ਮੋਹਨ ਤਿਆਗੀ ਕਿਲੇ ਜਿਹਨੂੰ ਕਿ ਆਪਾਂ ਕਬੀਲੇ ਨਹੀਂ ਬਿਲੋਂਗ ਕਰਾਇਆ ਅਤੇ ਇਸ ਤੋਂ ਬਾਅਦ ਮੈਂ ਦੱਸਣਾ ਚਾਹੂੰ ਜਿਹਨੇ ਮਾਰੇ ਕਬੀਲਿਆਂ ਦਾ ਲੋਕਲ ਸੱਭਿਆਚਾਰ ਆ ਉਹ ਅਜੇ ਵੀ ਜਿਹਨੂੰ ਮੇਨ ਮੁੱਖ ਸੱਭਿਆਚਾਰ ਆ ਉਹ ਉੱਥੇ ਬਹੁਤ ਵੱਖਰੋ ਆ ਜਿਹੜਾ ਮੈਂ ਆਪਣੀ ਭਾਸ਼ਾ ਵੀ ਕਹਿੰਦੇ ਕਹਿੰਦੂ ਵੀ ਹਾਗਲਾ ਟੇਕ ਲੈ ਰੋ ਮਤਲਬ ਇਹ ਹੈ ਵੀ ਤੂੰ ਦੁੱਧ ਪੀ ਲੈ ਬਹੁਤੇ ਲੋਕਾਂ ਨੂੰ ਪਤਾ ਨਹੀਂ ਉੱਥੋਂ ਆ ਕਿਉਂਕਿ ਉਸ ਟਾਈਮ ਜਦੋਂ ਉਹਨਾਂ ਪਰ ਅਟੈਕ ਹੋਣੇ ਸ਼ੁਰੂ ਹੋਏ ਤਾਂ ਉਹਨੂੰ ਆਪਣਾ ਬਹੁਤ ਕੁਝ ਚੇਂਜ ਕਰ ਦੇਣਾ ਉਦੋਂ ਤਬਦੀਲੀ ਲੈ ਆਏ ਅਤੇ ਇਹਦੇ ਕਰਕੇ ਉਹਨਾਂ ਨੇ ਆਪਸ ਵਿੱਚ ਲਿੰਕ ਬਣਾ ਕੇ ਗੱਲ ਕਰਤੇ ਦੂਜੋ ਬੰਦਾ ਇਹਨੇ ਸਮਝ ਨਹੀਂ ਸਕਦਾ ਉਦੋਂ ਮਾਰੂ ਪਰਿਵਾਰਕ ਜਿਹਨੂੰ ਬੈਕਗ੍ਰਾਉਂਡ ਆ ਉਹ ਅਰਨੇਟੂ ਗਾਮੇ ਗਲੇ ਜੁੜੇ ਹੋਏ ਆ ਜਿਹਨੂੰ ਪਟਿਆਲੇ ਜ਼ਿਲ੍ਹੇ ਰਹੀ ਆ ਬਾਰਡਰ ਪਰ ਗਾਮ ਪੜਾਇਆ ਆਈ ਉਹ ਮਲੇ ਵੀ ਬਾਰਡਰ ਪਰ ਆ ਕੇ ਇੱਥੇ ਵੀ ਬਾਰਡਰ ਪਰ ਬੈਠੇ ਉਹ ਮਾਰੇ ਬਜ਼ੁਰਗੋਂ ਰਸੂ ਜਵਾਨਤਾ ਦੀ ਥੋੜ੍ਹੀ ਕਿਉਂਕਿ ਘੱਗਰ ਦਰਿਆ ਵੀ ਉਸ ਟਾਈਮ ਸਾਫ਼ ਪਾਣੀ ਚੱਲਦਾ ਉਦੋਂ ਡੰਗਰ ਰੱਖਣੇ ਖੇਤੀ ਕਰਨੀ ਜਾਂ ਕੋਈ ਹੋਰ ਸਬਜ਼ੀ ਵਗੈਰਾ ਉਗਾਉਣੀ ਇਹ ਉਹਨਾਂ ਦਾ ਮੁੱਖ ਕੰਮ ਤੇ ਅਤੇ ਹੌਲੀ ਹੌਲੀ ਫਿਰ ਮੈਨੇ ਉਹਨੂੰ ਆਪਣੇ ਪੜ੍ਹਾਈ ਵਾਸਤੇ ਕਿ ਉਹ ਵੀ ਪੜ੍ਹ ਕੇ ਮਾਰੇ ਕਬੀਲੇ ਪਹਿਲਾਂ ਕੋਈ ਵੀ ਨਹੀਂ ਪੜ੍ਹਿਓ ਸਭ ਤੋਂ ਪਹਿਲਾਂ ਮੈਂ ਉਹਨੂੰ PhD ਨਹੀਂ ਆਇਓ ਪਹਿਲੋਂ ਮੋਹਨ ਤਿਆਗੀ ਦੂਜੇ ਨੰਬਰ ਪਰ ਮੈਨੇ ਤਾਂ ਵੀ ਕਹਿ ਸਕੋ ਵੀ PhD ਮੈਂ ਕੰਮ ਚੱਲੇ ਰਹੇ ਪ੍ਰੋਜੈਕਟ ਜਿਹਨੂੰ ਮੈਂ ਆਪਣਾ ਕੰਮ ਕਰਨਾ ਵਾ ਉਹ ਆਪਣੇ ਕਬੀਲੇ ਲੋਕਾਂ ਬਾਰੇ ਕਰਨਾ ਵਾ ਵੀ ਜਿਹਨੂੰ ਜਿਹਨੇ ਉਹ ਕਹਾਣੀ ਆਪਣੇ ਬੱਚਿਆਂ ਨੂੰ ਸੁਣਾਉਂਦੇ ਜਿਹਨੂੰ ਪੰਜਾਬੀ ਵਿੱਚ ਲੋਕ ਗਾਥਾਵੇਂ ਕਵੇਂ ਉਹਦੇ ਪਰ ਸੱਭਿਆ ਔਰ ਸੱਭਿਆ ਸਮਾਜ ਤਰਾਈ ਅਧਿਐਨ ਕਰਨਾ ਵਾ ਵੀ ਲੋਕਾਂ ਨੂੰ ਪਤਾ ਲੱਗ ਸਕਦਾ ਵੀ ਇਹ ਵੀ ਮਾਰੀ ਚੀਜ਼ਾਂ ਗੱਲੇ ਜੁੜੀਆਂ ਹੋਈਆਂ ਓਕੇ ਥੈਂਕ ਯੂ